ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਇਹ ਮੂਰਖ ਮਨ ਤੂੰ ਕਾਹਦੇ ਵਾਸਤੇ ਵਿਰਲਾਪ ਕਰਦਾ, ਕਿਉਂ ਰੋਂਦਾ? ਪੂਰਬਲੇ ਲਿਖੇ ਹੋਏ ਕਰਮਾਂ ਦਾ ਫਲ ਹੀ ਮਸਤਕ ਤੇ ਲਿਖਿਆ, ਜਿਵੇਂ ਤੂੰ ਪਹਿਲਾਂ ਕੀਤਾ ਸੀ ਉਵੇਂ ਉਵੇਂ ਤੈਨੂੰ ਮਿਲ ਗਿਆ, ਇਹਦੇ 'ਚ ਰੋਣਾ ਕਾਹਦਾ? ਜਦ ਤੂੰ ਪਿੱਛੇ ਬੀਜ ਬੀਜੇ ਸੀ ਮਾੜੇ, ਕਿੱਕਰਾਂ ਦੇ ਬੀਜ ਬੀਜ ਕੇ ਕੰਡੇ ਹੀ ਮਿਲਣੇ ਸੀ। ਚਲ ਉਹ ਤਾਂ ਹੋ ਗਿਆ ਸੋ ਹੋ ਗਿਆ, ਹੁਣ ਹੀ ਚੰਗੇ ਬੀਜ ਲਾ, ਅੱਗੇ ਤਾਂ ਸੌਖਾ ਰਹੇਗਾ, ਅੱਗੇ ਵਾਸਤੇ ਵੀ ਨਹੀਂ ਬੀਜਦਾ। ਪਿੱਛੇ ਵੀ ਮਾੜਾ, ਹੁਣ ਵੀ ਮਾੜਾ, ਅੱਗੇ ਨੂੰ ਵੀ ਮਾੜਾ। ਪਰ ਜਿਹੜਾ ਸਤਿਗੁਰੂ ਦੇ ਦਰ ਤੇ ਆ ਜਾਂਦਾ, ਸਤਿਗੁਰੂ ਸਮਝਾ ਦਿੰਦੇ ਵੀ ਹੁਣ ਨਾ ਮਾੜਾ ਬੀਜੀ, ਐਵੇਂ ਅੱਗੇ ਦੁਖੀ ਹੋਈ ਜਾਂਦਾ ਬੈਠਾ, ਕਿਉਂਕਿ ਪਿਛਲਾ ਤੂੰ ਬਹੁਤ ਮਾੜਾ ਬੀਜਿਆ। ਔਰ ਫਿਰ ਕਹਿੰਦੇ ਮੈਨੂੰ ਦੋਸ਼ ਦਿੰਦਾ ਕਿ ਸਤਿਗੁਰੂ ਨੇ ਦੁੱਖ ਦਿੱਤਾ, ਅਕਾਲ ਪੁਰਖ ਨੇ ਮੈਨੂੰ ਦੁੱਖ ਦਿੱਤਾ, ਮੈਂ ਤੈਨੂੰ ਕਰ ਦਿੱਤਾ, ਮੈਂ ਤੈਨੂੰ ਕਿਹਾ ਸੀ ਕਿ ਕਿੱਕਰ ਦੇ ਬੀਜ ਬੀਜ, ਤੂੰ ਆਪੇ ਹੀ ਕੰਡੇ ਬੀਜੇ ਸੀ ਅਤੇ ਆਪੇ ਹੀ ਹੁਣ ਇਹਨਾਂ ਕੰਡਿਆਂ ਨੂੰ ਜੋਗ। ਜੇ ਤੂੰ ਮੇਰੇ ਕਹੇ ਲੱਗ ਜਾਂਦਾ ਪਿਛਲੇ ਜਨਮ 'ਚ, ਉਦੋਂ ਪਿਛਲੇ 'ਚ ਸਤਸੰਗ ਆਉਂਦਾ, ਸਿਮਰਨ ਕਰਦਾ, ਬੰਦਗੀ ਕਰਦਾ, ਗੁਰੂ ਵਾਲਾ ਬਣ ਜਾਂਦਾ, ਤਾਂ ਉਦੋਂ ਹੀ ਤਰ ਜਾਣਾ ਸੀ। ਹੁਣ ਜਿਹੜੇ ਕੰਡੇ ਤੇਰੇ ਬੀਜੇ ਹੋਏ ਨੇ, ਆਪੇ ਬੀਜ ਆਪੇ ਹੀ ਖਾਹ, ਇਸ ਕਰਕੇ ਹੁਣ ਚੰਗੇ ਬੀਜ ਬੀਜ ਲਾ। ਕਰ ਲਾ ਦਾਨ ਪੁੰਨ ਜੇ ਕਰ ਸਕਦਾ, ਕਰ ਲਾ ਸਿਮਰਨ ਜੇ ਕਰ ਸਕਦਾ, ਆਪਣੇ ਹੱਥੀਂ ਆਪਣਾ ਆਪੇ ਹੀ ਕਾਸ ਸਵਾਰੀਏ, ਤਾਂ ਪਾਈਦਾ ਹੈ ਪਿਛਲਾ ਜਿਹਾ ਜਿਹਾ ਬੀਜੀਦਾ। ਦੁੱਖ ਸੁੱਖ ਪ੍ਰਭ ਦੇਵ ਨਹਾਰ, ਅਵਰ ਤਿਆਗ ਤੂੰ ਤਿਸਹਿ ਚਿਤਾਰ। ਕਰਮਾਂ ਅਨੁਸਾਰ ਵਾਹਿਗੁਰੂ ਆਪ ਹੀ ਤਾਂ ਦੁੱਖ ਸੁੱਖ ਦੇਣ ਵਾਲਾ, ਵੀ ਕੀਤੇ ਹੋਏ ਅਨੁਸਾਰ ਦਿੰਦਾ। ਜੇ ਤੂੰ ਦੁੱਖਾਂ ਵਾਲਾ ਕੰਮ ਕੀਤਾ ਤਾਂ ਉਹਨੂੰ ਦੁੱਖ ਦੇਣਾ ਉਹਨੇ, ਕਿਉਂਕਿ ਉਹ ਜ਼ਰੂਰੀ ਸਮਝਦਾ, ਕਿਉਂਕਿ ਉਹ ਖਾਤੇ ਕਲੀਅਰ ਰੱਖਦਾ ਹਰੇਕ ਦੇ। ਇਹ ਨਹੀਂ ਕਿ ਵਿੱਚੇ ਦੱਬ ਜੂਗਾ ਕਾਲਾ ਮਾਲਾ ਜਾਂ ਕਰਜੂ ਗੱਲਾਂ ਦਾ, ਨਾ ਉਹਦਾ ਨਾ। ਉਹ ਤਾਂਹੀਓ ਕਹਿੰਦਾ ਮੈਂ ਇੰਨਾ ਪੁਰਾਣਾ ਹੈ, ਮੈਂ ਆਦ ਰੂਪ ਤਾਂਹੀਓ ਹੈ, ਜੇ ਮੈਂ ਸੱਚ ਤੇ ਚੱਲਿਆ ਸੀ ਤਾਂਹੀਓ ਮੈਂ ਸਦਾ ਸਲਾਮਤ ਹਾਂ, ਕਿਉਂਕਿ ਮੈਂ ਸੱਚ ਤੇ ਚੱਲਿਆ ਸੀ। ਤਾਂਹੀਓ ਵਾਹਿਗੁਰੂ ਨੂੰ ਸੱਚ ਨਾਮ ਕਹਿੰਦੇ ਹਾਂ, ਸੱਤ ਨਾਮ ਉਹਦਾ ਨਾਂ ਤਾਂਹੀਓ ਹੈ, ਉਹਨੂੰ ਝੂਠ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ, ਸੱਚ ਕਰਕੇ ਹੀ ਤਾਂ ਹੋਂਦ ਬਣੀ ਹੈ ਉਹਦੀ। ਸੱਚ ਪੁਰਾਣਾ ਹੋਵੇ ਨਾਹੀਂ, ਇਸ ਕਰਕੇ ਉਹ ਕਦੇ ਪੁਰਾਣਾ ਨਹੀਂ ਹੁੰਦਾ। ਆਪਾਂ ਜਦੋਂ ਝੂਠ ਬੋਲ ਜਾਂਦੇ ਤਾਂ ਰੱਬ ਤੋਂ ਪਰੇ ਹੋ ਗਏ, ਸੱਚ ਕਰਕੇ ਉਹਦੇ ਨੇੜੇ ਹੁੰਦੇ ਹਾਂ। ਕਰਮਾਂ ਅਨੁਸਾਰ ਵਾਹਿਗੁਰੂ ਆਪ ਹੀ ਬੰਦੇ ਨੂੰ ਉਹਦੇ ਕੀਤੇ ਅਨੁਸਾਰ ਦੁੱਖ ਦਿੰਦਾ, ਸੁੱਖ ਦਿੰਦਾ। ਕਹਿੰਦੇ ਤੂੰ ਸੁੱਖ ਕੀਤੇ ਲੈ ਭਾਈ, ਤੇਰਾ ਹੀ ਮੇਰੇ ਕੋਲ ਜਮ੍ਹਾਂ ਪਿਆ, ਲੈ ਸੁੱਖ ਲੈ ਲਾ। ਜਦੋਂ ਆਪਾਂ ਦੁਖੀ ਕਰਦੇ, ਕਿਸੇ ਨੂੰ ਦੁੱਖ ਦੇਣ ਵਾਲੇ ਕੰਮ ਕਰਦੇ ਹਾਂ, ਤਾਂ ਉਦੋਂ ਫਿਰ ਦੁਖੀ ਹੋਣਾ। ਲੋਕੀ ਹੁਣ ਸਮਝਾ ਕੇ, ਪਤਾ ਨਹੀਂ ਇੰਨਾ ਦਿਮਾਗ ਪੁੱਠਾ, ਸਮਝਾ ਕੇ ਮਰ ਜਾਂਦੇ ਵੀ ਪੁੱਠੇ ਕੰਮ ਨਾ ਕਰੋ, ਨਾ ਮਾੜੀਆਂ ਚੀਜ਼ਾਂ ਖਾਓ, ਤੁਹਾਨੂੰ ਲੇਖੇ ਦੇਣੇ ਪੈਣੇ, ਫਿਰ ਨਹੀਂ ਹਟਦੇ, ਅੱਗਿਓਂ ਲੜਨ ਨੂੰ ਪੈਂਦੇ। ਚੱਲ ਠੀਕ ਹੈ ਵੀ ਤੁਸੀਂ ਹੁਣ ਜਿੰਨੇ ਵੀ ਬੰਦੇ ਇੱਥੇ ਬੈਠੇ ਨੇ, ਉਹਨਾਂ 'ਚੋਂ ਸਾਨੂੰ ਕਦੇ ਹੀ ਇੱਕ ਅੱਧਾ ਕੋਈ ਲੱਭਿਆ ਜਿਹਨੇ ਕਿਸੇ ਪੂਰਨ ਪੁਰਖ ਦੀ, ਮਹਾਂਪੁਰਖ ਦੀ ਸੰਗਤ ਕਰਕੇ ਕੋਈ ਸੋਝੀ ਪ੍ਰਾਪਤ ਕੀਤੀ? ਖਰੜ ਗਿਆਨੀ ਜਿੰਨੇ ਵੀ ਮਿਲਦੇ, ਖਰੜ ਗਿਆਨੀ ਮਿਲਦੇ ਸਾਰੇ, ਹਰ ਕੋਈ ਇਹੋ ਜਿਹੀ ਮਿਲਦਾ, ਹਰੇਕ ਹੀ ਕਹਿੰਦਾ ਮੈਂ ਸਿਆਣਾ ਮੈਂ ਸਿਆਣਾ। ਜਦੋਂ ਹੁਣ ਆਪਾਂ ਦੋ ਚਾਰ ਵਾਰੀ ਕਹਿਣਾ ਹੁੰਦਾ ਅਗਲੇ ਨੂੰ, ਫਿਰ ਪਿੱਛੇ ਨੂੰ ਹੋ ਜਾਈਦਾ ਵੀ ਚਲੋ ਛੱਡੋ। ਹੁਣ ਮਹਾਰਾਜ ਨੇ ਬਾਣੀ 'ਚ ਵੀ ਲਿਖਿਆ, ਮੂਰਖ ਹੈ ਨਾਲ ਨਾਲ ਲੁੱਝੀ ਹੈ, ਫਿਰ ਪਿੱਛੇ ਨੂੰ ਹਟਣਾ ਚੰਗਾ। ਬੰਦਾ ਗ੍ਰਹਿਣ ਹੀ ਨਹੀਂ ਕਰਦਾ ਗੱਲ ਨੂੰ, ਆਪਣੀ ਹੀ ਛੱਡੀ ਤੁਰੇ ਜਾਂਦੇ ਸਾਰੇ ਜਾਣੇ। ਅਵਰ ਤਿਆਗ ਤੂੰ ਤਿਸੈ ਚਿਤਾਰ, ਕਹਿੰਦੇ ਹੋਰ ਸਾਰਿਆਂ ਨੂੰ ਛੱਡ ਕੇ ਉਹ ਵਾਹਿਗੁਰੂ ਨੂੰ ਚੇਤੇ ਕਰ ਲੈ, ਤੂੰ ਬਾਕੀ ਦੀਆਂ ਸਾਰੀਆਂ ਗੱਲਾਂ ਛੱਡ ਦੇ ਭਾਈ। ਜੋ ਕਛ ਕਰੈ ਸੋਈ ਸੁਖਮਾਨ, ਭੂਲਾ ਕਾਹੇ ਫਿਰੈ ਅਜਾਨ। ਜੇ ਤੈਨੂੰ ਦੁੱਖ ਦਿੰਦਾ ਤਾਂ ਵੀ ਤੂੰ ਸੁਖ ਹੀ ਮੰਨ, ਉਹਦਾ ਠੀਕ ਹੀ ਕਰਦਾ। ਜੇ ਸੁੱਖ ਦਿੰਦਾ ਤਾਂ ਵੀ ਠੀਕ ਹੈ। ਆਪਾਂ ਨੇ ਜੋ ਬੀਜਿਆ, ਅੱਛਾ ਮਹਾਰਾਜ ਜੋ ਮੈਂ ਬੀਜਿਆ ਸੀ ਉਹੀ ਮਿਲਣਾ ਮੈਨੂੰ? ਮਹਾਰਾਜ ਕਹਿੰਦੇ ਸਾਰਾ ਮੱਥੇ ਦੇ ਨਾਲ ਲਿਖਿਆ, ਨਾਨਕ ਲਿਖਿਆ ਨਾਲ, ਹੁਕਮ ਲਿਖ ਦੁੱਖ ਸੁੱਖ ਪਾਈਆ ਹੈ। ਉਹਨੇ ਜਾਣ ਕੇ ਦੁੱਖ ਜਾਂ ਸੁੱਖ ਨਹੀਂ ਦਿੱਤਾ, ਉਹ ਤਾਂ ਤੇਰੀ ਪੂੰਜੀ ਸੀ ਜਿਹੜੀ ਤੂੰ ਜਮ੍ਹਾਂ ਕੀਤੀ ਸੀ ਪਿਛਲਿਆਂ ਜਨਮਾਂ 'ਚ, ਉਹੀ ਤੈਨੂੰ ਫੜਾ ਤੀ। ਤੂੰ ਦੁੱਖ ਬੀਜਿਆ ਦੁੱਖ ਦੇਤਾ, ਸੁੱਖ ਬੀਜਿਆ ਸੁੱਖ ਦੇਤਾ, ਉਹਨੇ ਉਹਨੂੰ ਕੀ ਹੈ? ਜਿਹਾ ਜਿਹਾ ਬੀਜੇਗਾ ਖਾ ਲੇਗਾ, ਜਿਹਾ ਬੀਜਿਆ ਸੋ ਲੈਣਾ ਹੈ। ਕਰਮਾਂ ਸੰਦੜਾ ਖੇਤ, ਭੂਲਾ ਕਾਹੇ ਫਿਰ ਹੈ ਅਜਾਨ। ਅਗਿਆਤ ਮੂਰਖ ਬੰਦਿਆ ਤੂੰ ਕਾਹਦੇ ਵਾਸਤੇ ਭੁੱਲਿਆ ਫਿਰਦਾ? ਇਹ ਤਾਂ ਸਾਰਾ ਕੁਝ ਤੂੰ ਮਿੱਠਾ ਮਿੱਠਾ ਕਰਕੇ ਹੀ ਮੰਨੀ ਜਾ ਬਸ।
ਕੌਣ ਬਸਤਿਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ। ਵਿਚਾਰ ਕੇ ਤਾਂ ਵੇਖ ਆਉਣ ਲੱਗਿਆਂ ਤੇਰੇ ਨਾਲ ਕਿਹੜੀ ਚੀਜ਼ ਆਈ ਸੀ ਜਦੋਂ ਜਨਮ ਲਿਆ ਸੀ, ਕੋਈ ਕੱਪੜਾ ਵੀ ਨਹੀਂ ਸੀ ਤੇਰੇ ਉੱਤੇ ਤਾਂ। ਲੋਭੀ ਬੰਦਿਆ ਤੂੰ ਪਤੰਗੇ ਵਾਂਗ ਜੋ ਉਹਨਾਂ ਰਸਾਂ ਵਿੱਚ ਲਪਟ ਰਿਹਾ ਫਸ ਰਿਹਾ। ਸਲਾਹ ਦਿੰਦੇ ਨੇ ਤੈਨੂੰ ਨੇਕ, ਰਾਮ ਨਾਮ ਜਪ ਹਿਰਦੇ ਮਾਹਿ, ਨਾਨਕ ਪਤ ਸੇਤੀ ਕਰ ਜਾਹੇ। ਕਹਿੰਦੇ ਤੂੰ ਆਪਣੇ ਹਿਰਦੇ ਵਿੱਚ ਜਪਿਆ ਕਰ, ਹਮੇਸ਼ਾ ਅੰਦਰ ਹੀ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਜੀਵ ਨਾਲ ਤਾਂ ਕਰਨਾ ਹੀ ਹੈ ਪਰ ਹਿਰਦੇ ਦੇ ਅੰਦਰ ਹਮੇਸ਼ਾ ਹੀ ਨਾਮ ਜਪੀ ਜਾਇਆ ਕਰ। ਮਹਾਰਾਜ ਫਰਮਾਉਂਦੇ ਫਿਰ ਤੂੰ ਇੱਜ਼ਤ ਨਾਲ ਪਰਲੋਕ ਕਰ ਜਾਏਗਾ, ਤੈਨੂੰ ਉੱਥੇ ਸਤਿਕਾਰ ਮਾਣ ਮਿਲੇਗਾ।